चाचू ने कहते जग ते प्ले गिलास वगैरह लिया दूसरे चकू हूं पुछने लिया जाके लैके आने राजा ने देगा वगैरह तो लिया दी पता नहीं कितने चाचू मेरे कले लगे हुए ने लिया ना जग गिलास जल कह दसो चुक लिया चीनी ले ली है गोश्त लैन चले चाचू ने कहते चार चार किलो ना दो जगह लैके आना गोश्त हूं गोश्त लैन चले ओए अज मिला दे अपना ओए है ना दादा नी है ना तू लैला पढ़ेगा उथे हैं चल ठीक बै बै किक मार गोश्त हो गया अरे गोश्त असी करा लिया तीन चार छापर इन्हें दस देना ऐ सालन वाले गोश्त असी लैन दे तों लैन चले असी दूजा प्लेटा जग दरिया ते होर पानी लैन चले दो कहना और दूसरे चक चू लैके आनी है ते रास्ते च पानी आना वाटर सप्लाई का उतो पानी भर के लेना ते रेहड़ी हुण जोड़ लैना क्योंकि मोटरसाइकिल सारा समान आना नहीं हुण रेहड़ी पिछे पा के ते रेहड़ी ते जाणगे अस्सलाम वालेकुम चाचू जी आ रेहड़ी बाहर कढ़नी सी ते इहदी चाबी तुहाडे कोल आ इत्थे किते पई और रेहड़ी तो लैके आने दरिया तो जग वगैरह तो पानी वगैरह लैके आना उतो चल ठीक चाचू नहीं सारे गए हुए हैं कितने तो घर कोई नहीं से ताले वगैरह लगे हुए इन ताला लगे ना तो वो चाबी कौन सी लगने चाचू ने कॉलेज बाहर बैठे बोल जा आसिम सिम रेहड़ी पाली बह जानी तो बह ऐसा चलिए कहना चुगला 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 जल्दी कर लो जी वाटर सप्लाई दसी पहुंच गए आंदा पै पानी है बंद हो गई आया बंद हो गई हूं अगले चक चले उतू दरिया वगैरह चुकी है तो फिर चलने वापस अज तो मौसम ही बड़ा VIP हो गया अज दुकान ते आ गए हां जी हां जी अज दुकान ते आ गए हूं चाचू नहीं देंदे वो मुंडा इना ते गए हुए ने किते ते आंदे ने तो फिर देंदे ने अ दुकान पहला ए सामने हुंदी सी लेकिन इधर माशाल्लाह शिफ्ट अपनी बना ली जे दुकान चलो यार थोड़े को है भी नवी हूं सर रख यार मिल जाती दरिया हूं सर रख ਚਾਚੂ ਨਾਲ ਸਮਾਨ ਲੈ ਦਿੱਤਾ ਤੇ ਉਹ ਹੁਣ ਮੁੰਡਾ ਕੱਢਦਾ ਹੈ ਸਮਾਨ ਵੇਖ ਕੇ ਜੋ ਲਿਖਿਆ ਉਹਦੇ ਚੜ ਕੇ ਬਾਂਸ ਲਾ ਥਲੇ 10 ਜੱਗ 20 ਗਲਾਸ 6 ਕਲੀਨ 6 ਕਲੀਨ 40 ਪਲੇਟਾਂ ਹਾਂ ਬਸ ਤਾਲੇ ਦਾਲ ਤੇ ਇਸ ਪਲੇਟ ਚੋਂ ਜੀ ਸਾਈਡ ਤੋਂ ਨਿਕਲ ਜਾਣੀ ਇਹ ਪਲੇਟ ਸਭ ਕੁਝ ਬਿਹਤਰ ਹੈ ਆ ਜੀ ਗੱਡੀ ਜਿੱਥੇ ਪਾਰਕ ਕੀਤੀ ਹੈ ਉੱਥੇ ਜਾ ਕੇ ਅੰਦਰੀਆਂ ਲੈ ਕੇ ਚੱਲਨੇ ਆ ਉਹ ਆ ਗਏ ਸ਼ੇਰ ਚੱਲ ਵੇ ਚੱਲ ਐ ਸਮਾਨ ਹੈ ਸਿਰਫ ਹੁਣ ਚੱਲਨੇ ਆ ਚੱਕ ਦੀ ਤਰਫ ਏ ਹਿੰਮਤ ਏ ਯੋਰ ਲਾ ਲੋ ਐਸਾ ਅਮਰੂਦ ਖਾਣੇ ਪਈ ਆ ਹੈ ਦਾਦੀ ਅਜੀ ਰਾਜ ਸਾਹਿਬ ਦਾਲ ਪਾਉਂਦੇ ਨੇ
ਨਾਲ ਚੱਲਾਂ ਤੇ ਭੁੱਖ ਜੇ ਲੱਗਦੀ ਜਾ ਕੇ ਨਾ ਕੋਈ ਮਿੱਠੀ ਲੱਸੀ ਗੱਲੀ ਪੀਲਾਂ ਨਾ ਰੋਟੀ ਨਹੀਂ ਖਾਂਦਾ ਮੈਂ ਜਿਵੇਂ ਮੈਂ ਰੂਮ ਚ ਆਇਆ ਤਾਂ ਰੋਟੀ ਰੱਖੀ ਹੋਈ ਪੀਲਾਂ ਚਲੋ ਰੋਟੀ ਖਾ ਲੈਣੇ ਲੱਸੀ ਬਾਅਦ ਚ ਪੀਣੇ ਲੋ ਜੀ ਰੋਟੀ ਤਾਂ ਖਾ ਲਈ ਤਾਂ ਮੈਂ ਲੱਸੀ ਹੁਣ ਪੀ ਲਈਆਂ ਲੱਸੀ ਪੀ ਕੇ ਫਿਰ ਚੱਲਦੇ ਹਾਂ ਫਿਰ ਵਾਪਸ ਉੱਥੇ ਜਾ ਕੰਮ ਕਰਾਉਂਦੇ ਹਾਂ ਜਿਹੜਾ ਕਰਨ ਨਾਲ ਲੋ ਜੀ ਮੈਂ ਹੁਣ ਜਾਂਦਾ ਵਾਪਸ ਤਾਂ ਮੌਸਮ ਬੜਾ ਵੀ ਆਈ ਪੀ ਹੋ ਗਿਆ ਝਾੜੀਆਂ ਹੋ ਗਿਆ ਬੱਦਲ ਵਗੈਰਾ ਹੋ ਗਿਆ ਨੇ ਅਜ਼ੀਰਾ ਮਸਾਲਾ ਦਿੱਤਾ ਉਹਨਾਂ ਕਿਹਾ ਗ੍ਰੈਂਡ ਕਰਕੇ ਲਾ ਦਿੱਤਾ ਮੈਂ ਹੁਣ ਗ੍ਰੈਂਡ ਕਰਨ ਚੱਲਾਂ ਬ੍ਰੈਡ ਰੱਖੀ ਲੈ ਕੱਲੇ ਕੱਲੇ ਖਾਈ ਹੁੰਦੇ ਹਾਂ ਲੋ ਜੀ ਮਸਾਲਾ ਸਾਰਾ ਗ੍ਰੈਂਡ ਕਰ ਲਿਆ ਤੇ ਜਾ ਕੇ ਉਹਨੂੰ ਰਾਜਾ ਸਾਹਿਬ ਨੂੰ ਦਿੰਦੇ ਹਾਂ ਨਾਈ ਨੂੰ ਦਿੰਦੇ ਹਾਂ ਵੀ ਦੇਗਾ ਜੀ ਪਾਵੇ ਰਾਜਾ ਪਾ ਲਈ ਮੀ ਵਿੱਚ ਕੀ ਸੂਰਤ ਆ ਰਾਜਾ ਚੱਲ ਅੱਛੀ ਆ ਵੀ ਘੋੜੇ ਦਾ ਘੋੜੇ ਵਾਲੇ ਬੰਦੇ ਦਾ ਇੰਤਜ਼ਾਰ ਸੀਗਾ ਅੱਛਾ ਆਇਆ ਨਹੀਂ ਬੰਦਾ ਆ ਗਿਆ ਮੈਂ ਹਾਂ ਕੁਝ ਖਿਆਲ ਕਰ ਲੈਦਾ ਬੰਦੇ ਆ ਇਹਦਾ ਪੀ ਪੀਣ ਦੀ ਜਾਂਦੀ ਘੋਟਾ ਫੜੋ ਘੋਟਾ ਆਪਾਂ ਘੋਟੇ ਵਾਲਾ ਕੰਮ ਨਹੀਂ ਆਪਾਂ ਕਰੀ ਜਾਂਦੇ ਪਹਿਲਾਂ ਦੱਸ ਦੇ ਕਿਵੇਂ ਦੇਣਾ ਘੋਟਾ ਤੂੰ ਦੇ ਰਹੇਂਗਾ ਘੋਟਾ ਹੈ ਨਹੀਂ ਖਾਣਾ ਪੀਣਾ ਸ਼ੌਂਕ ਜਵਾਨ ਦਾ ਕੰਮ ਜਵਾਨ ਦੀ ਮੌਤ ਵਾਹ ਰੇ ਵਾਹ ਵਾਹ ਕੋਈ ਸਮਝ ਨਹੀਂ ਆਈ ਕੀ ਕਿਹਾ ਤੂੰ ਰਾਜਾ ਮੈਨੂੰ ਲੱਗਦਾ ਹੋ ਗਈ ਓਏ ਉਹ ਨਹੀਂ ਉਹ ਨਹੀਂ ਹੋ ਗਈ ਇੱਥੇ ਦਾਲ ਨਹੀਂ ਮੇਰੀ ਬਸ ਹੋ ਗਈ ਮੈਂ ਹਾਂ ਤੇਰੀ ਬਸ ਹੋ ਗਈ ਹਾਂ ਆਬਰ ਹੁਣ ਤੂੰ ਦਾਲ ਹੋ ਗਈ ਨਹੀਂ ਮੇਰੇ ਬਸ ਹੋ ਗਈ ਤੂੰ ਹੁਣ ਲਾ ਚੁੱਟੀ ਲਾਗੇ ਤਾਂ ਲੱਗ ਗਈ ਆ ਏਡੀ ਵੀ ਗੱਲ ਕੋਈ ਨਹੀਂ ਹੁਣ ਕੋਲੀ ਲਿਆਵਾਂ ਚੱਕ ਕਰਨ ਵਾਸਤੇ ਦਾਲ ਹੈਂ ਪੜ ਰਾਜਾ ਪਾ ਹਾਂ ਦੱਸ ਸਰ ਥੋੜੀ ਭਾਈ ਬਸ ਤਿੰਨ ਚਾਰ ਰੋਟੀਆਂ ਜੀ ਬਸ 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 ਤਿੰਨ ਚਾਰ ਰੋਟੀਆਂ ਜੀ ਥੋੜੀ ਨਹੀਂ ਇਹ ਬਸ ਵੀ ਆਈ ਪੀ ਯਾਰ ਆਇਆ ਤਾਂ ਚੱਲ ਉੱਥੇ ਤਵੀ ਲੱਗ ਗਈ ਐ ਜੀ ਰੋਟੀਆਂ ਨੇ ਵੀ ਆ ਗਏ ਨੇ ਇੱਕ ਮਿੰਟ ਮੈਂ ਇੱਕ ਮਿੰਟ ਯਾਰ 3 ਵਜੇ ਰੋਟੀ ਤਿਆਰ ਚਾਹੀਦੀ ਚਾਚੂ ਨੇ ਕਹਿੰਦੇ ਸਾਨੂੰ 3 ਵਜੇ ਤੁਹਾਨੂੰ ਤਿਆਰ ਮਿਲੇਗੇ ਸਾਨੂੰ ਚੱਲੋਗੇ ਉੱਥੇ ਚੱਲ ਠੀਕ ਠੀਕ ਹੈ ਰੋਟੀ ਪੂਰੀ ਪਾਓ ਵਿੱਚ ਉੱਤਰ ਨਾਲ ਰੋਟੀ ਪੂਰੀ ਵਿੱਚ ਤੱਕ ਪਾਓ ਨਾ ਯਾਰ ਮੈਂ ਇਹਨਾਂ ਨੂੰ ਛੱਡਿਆ ਹਾਂ ਯਾਰ ਇਹਨਾਂ ਨੂੰ ਦੂਸਰੇ ਘਰ ਲੈ ਕੇ ਚੱਲਾਂ ਉੱਥੇ ਰੋਟੀਆਂ ਪਕਾਉਣ ਇਹਦੇ ਉਰਾ ਬਣਾ ਲਓ ਆ ਜਾ ਇਹਦਾ ਬਣਾ ਲਓ ਤੁਸੀਂ ਪੱਲੀਆਂ ਤੇ ਹੋਰ ਕੀ ਚਾਹੀਦਾ ਦੋ ਟਾਪੋ ਆਟਾ ਚਲ ਓਏ ਤੂੰ ਨਕਲ ਚੁੱਕੀ ਲਿਆ ਹੋਇਆ ਸੀ ਯਾਰ ਤੂੰ ਨਕਲ ਲੈ ਕੇ ਆਉ ਮੈਂ ਕਹਿੰਦੇ ਬਿਨ ਆ ਟੈਪ ਨਹੀਂ ਚਾਹੀਦਾ ਲੋਹੇ ਵਾਲਾ ਚਾਹੀਦਾ ਟੁੱਟ ਜਾਣਾ ਜੀ 2 ਵਜੇ ਦਾ ਟਾਈਮ ਸਾਰਿਆਂ ਨੂੰ ਆਖਿਆ ਤੇ ਹੁਣ 1:30 ਵਜੇ ਵੱਜ ਗਿਆ ਜਾ ਕੇ ਦਰੀਆਂ ਸ਼ਰੀਆਂ ਕਲੀਨ ਵਗੈਰਾ ਸਹੀ ਹੈ ਕਿਉਂਕਿ ਜਿਵੇਂ 2 ਵਜੇ ਆਵਾਮ ਨੇ ਆਉਣਾ ਸਟਾਰਟ ਹੋ ਜਾਣਾ ਫਿਰ ਮਹਿਫਲ ਸ਼ੁਰੂ ਕਰਨੀ ਹੈ ਇਸ ਲਈ ਦੇਰ ਨਾ ਹੋ ਜੀ ਅੱਜ ਫਾਈਨਲੀ ਆ ਕਲੀਨ ਗਿਆ ਨਾ ਸਾਰੇ ਵਿਛ ਗਿਆ ਆ ਵੱਡੇ ਪਾਸੇ ਵੀ ਸਾਰੇ ਹੁਣ ਅਸੀਂ ਲੈਣ ਚੱਲੇ ਬਾਲਟੀਆਂ ਤੇ ਡੋਂਗੇ ਹਲੇ ਇਕੱਠੇ ਕਰਨਾ ਜਿਹਦੇ ਦਾਲ ਪਾ ਕੇ ਤਾਂ ਵਰਤਾਉਣੀ ਆ ਉਹ ਹਲੇ ਕੋਈ ਇਕੱਠੇ ਕੀਤੇ ਤੇ ਟਾਈਮ ਥੋੜਾ ਹੀ ਰਹਿ ਗਿਆ ਡੰਡਾ ਹੀ ਨਾ ਜੇ ਕਿਤੇ ਬੋਲਦਾ ਨਹੀਂ ਬੋਲਦਾ ਕੀ ਖਾਣਾ ਫਾਈਨਲੀ ਇੰਨੀ ਖੇਚਲ ਤੋਂ ਬਾਅਦ ਚੋਂ ਇੱਕ ਡੂੰਗਾ ਲੱਭ ਗਿਆ ਬਾਲਟੀ ਹਲੇ ਫਿਰ ਵੀ ਨਹੀਂ ਲੱਭੀ ਫਾਈਨਲੀ ਇਧਰੋਂ ਵੀ ਇੱਕ ਹੋਰ ਡੂੰਗਾ ਲੱਭ ਗਿਆ ਜੀ ਬਾਲਟੀ ਹਲੇ ਵੀ ਨਹੀਂ ਲੱਭੀ ਮੇਰੇ ਹੱਥ 'ਚ ਫਸ ਦਿੱਤੀ ਫਿਲਹਾਲ 3 ਬਾਲਟੀਆਂ ਇਕੱਠੇ ਹੋਈਆਂ ਤੇ 3 ਹੀ ਡੋਂਗੇ ਇਕੱਠੇ ਹੋ ਗਏ